ਪਿਛਲੇ ਦਿਨ ਨਾਭਾ ਦੇ ਰੋਟੀ ਪੁਲ ਤੇ ਹੋਏ ਗੱਡੀ ਤੇ ਐਕਟਿਵਾ ਦੇ ਐਕਸੀਡੈਂਟ ਮਾਮਲੇ ਨੇ ਅੱਜ ਨਵਾਂ ਮੋੜ ਲੈ ਲਿਆ ਤੇ ਪਿੰਡ ਰੋਟੀ ਛੰਨਾ ਦੇ ਸਾਬਕਾ ਸਰਪੰਚ ਹਨਦੀਪ ਸਿੰਘ ਤੇ ਮੌਜੂਦਾ ਸਰਪੰਚ ਗੁਰਪ੍ਰੀਤ ਕੌਰ ਦੋ ਧਿਰਾਂ ਆਹਮਣੇ ਸਾਹਮਣੇ ਹੋ ਗਈਆਂ ਨੇ। ਦਰਅਸਲ ਕੁਝ ਦਿਨ ਪਹਿਲਾਂ ਸਾਬਕਾ ਸਰਪੰਚ ਹਨਦੀਪ ਸਿੰਘ ਖਿਲਾਫ਼ ਪਿੰਡ ਦੀ ਮੌਜੂਦਾ ਸਰਪੰਚ ਗੁਰਪ੍ਰੀਤ ਕੌਰ ਨੇ ਕਾਰ ਰਾਹੀਂ ਉਸਦੀ ਐਕਟਿਵਾ ਦੇ ਨਾਲ ਟੱਕਰ ਮਾਰ ਕੇ ਜ਼ਖਮੀ ਕਰਨ ਸਬੰਧੀ ਮਾਮਲਾ ਦਰਜ ਕਰਵਾਇਆ ਸੀ, ਪਰ ਅੱਜ ਮਾਮਲਾ ਉਦੋਂ ਗਰਮਾ ਗਿਆ ਜਦੋਂ ਮਾਮਲੇ 'ਚ ਦੋਸ਼ੀ ਹਨਦੀਪ ਸਿੰਘ ਨੇ ਮਾਮਲਾ ਝੂਠ ਦੱਸਦੇ ਹੋਇਆਂ ਸਥਾਨਕ ਰੋਟੀ ਪੁਲ ਦਾ ਧਰਨਾ ਲਗਾ ਦਿੱਤਾ ਤੇ ਪੁਲਿਸ ਚੌਂਕੀ ਰੋਟੀ ਪੁਲ ਇੰਚਾਰਜ ਮਨਜੀਤ ਸਿੰਘ ਤੇ ਝੂਠਾ ਮਾਮਲਾ ਦਰਜ ਕਰਨ ਤੇ ਲੱਖਾਂ ਰੁਪਏ ਦੀ ਰਿਸ਼ਵਤ ਲੈ ਕੇ ਇਲਾਕੇ 'ਚ ਨਸ਼ਾ ਵਿਕਾਉਣ ਦੇ ਦੋਸ਼ ਲਗਾਏ ਨੇ। ਮੈਂ ਪਿੰਡ ਇੱਥੇ ਰੋਟੀ ਛੰਨਾ ਦਾ ਸਾਬਕਾ ਸਰਪੰਚ ਹਾਂ ਤੇ ਇਹਨੇ ਝੂਠਾ ਕੇਸ ਵੀ ਦਰਜ ਕਰਤਾ ਰਜਿਸਟਰ ਦੇ ਵਿੱਚ ਆਪਣਾ ਇਹਦਾ ਰੋਡ ਐਕਸੀਡੈਂਟ ਦਾ, ਜਦਕਿ ਕੋਈ ਐਕਸੀਡੈਂਟ ਨਹੀਂ ਹੋਇਆ। ਜਿੱਦਣ ਡਿਊਟੀ ਅਧਿਕਾਰੀ ਦੀ ਇੱਥੇ ਮਾਣਯੋਗ ਆਪਣਾ ਬਾਲੀ ਸ਼ਰਮਾ ਜੀ ਸੀ, ਉਹਨੇ ਪੜਤਾਲ ਵੀ ਕੀਤੀ, ਇਹਨੂੰ ਕਿਹਾ ਵੀ ਕੋਈ ਉੱਥੇ ਐਕਸੀਡੈਂਟ ਨਹੀਂ ਹੋਇਆ, ਕਹਿੰਦਾ ਨਹੀਂ ਮੇਰੀ ਚੱਲੂਗੀ। ਦੂਜੇ ਦਿਨ ਜਾ ਕੇ ਝੂਠਾ ਪਰਚਾ ਦਰਜ ਕਰਤਾ, ਅਸੀਂ ਕਿੰਨਾ ਕੁ ਇਹਦੇ ਖਿਲਾਫ਼ ਜ਼ੁਲਮ ਸਹਾਂਗੇ? ਜੇ ਅਸੀਂ ਇਹਨੂੰ ਸੱਚਾਈ ਦੱਸਦੇ ਹਾਂ ਤਾਂ ਸਾਨੂੰ ਉਲਟਾ ਲਿਆਉਂਦਾ ਇਹ। ਮੈਂ ਇਸ ਚੀਜ਼ ਦਾ ਪ੍ਰੂਫ ਵੀ ਕਰੂੰਗਾ ਵੀ ਇਹਨੇ 50 ਲੱਖ ਕਰੋੜ ਰੁਪਇਆ ਨਸ਼ੇ ਵਾਲਿਆਂ ਤੋਂ ਖਾਧਾ। ਦੂਸਰੇ ਪਾਸੇ ਪਿੰਡ ਦੀ ਮੌਜੂਦਾ ਸਰਪੰਚ ਗੁਰਪ੍ਰੀਤ ਕੌਰ ਨੇ ਚੌਂਕੀ ਇੰਚਾਰਜ ਨੂੰ ਇਮਾਨਦਾਰ ਦੱਸਦਿਆਂ ਸਾਬਕਾ ਸਰਪੰਚ ਤੇ ਹੀ ਸਰਪੰਚ ਰਹਿੰਦੇ ਹੋਏ ਨਸ਼ਾ ਸਮਗਲਰਾਂ ਦੇ ਨਾਲ ਮਿਲੀ ਭੁਗਤ ਦੇ ਦੋਸ਼ ਲਗਾ ਦਿੱਤੇ ਨੇ। ਮਾਮਲੇ ਤੋਂ ਚੌਂਕੀ ਇੰਚਾਰਜ ਮਨਜੀਤ ਸਿੰਘ ਨੇ ਰਿਸ਼ਵਤ ਦੀ ਗੱਲ ਨੂੰ ਸਿਰੇ ਤੋਂ ਨਕਾਰਦਿਆਂ ਹੋਇਆਂ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹੋਣ ਦਾ ਦਾਅਵਾ ਕੀਤਾ। ਹੁਣ ਤਾਂ ਇੱਥੇ ਨਸ਼ਾ ਬਿਲਕੁਲ ਨਹੀਂ ਵਿਕਦਾ, ਮੇਰੀ ਸਰਪੰਚੀ ਤੋਂ ਪਹਿਲਾਂ ਇੱਥੇ ਬਹੁਤ ਜ਼ਿਆਦਾ ਨਸ਼ਾ ਵਿਕਦਾ ਸੀਗਾ ਜੀ, ਅਤੇ ਕੀ ਕਹਿੰਦੇ ਨੇ ਹਰ ਇੱਕ ਤਰ੍ਹਾਂ ਦਾ ਨਸ਼ਾ ਵਿਕਦਾ ਸੀ। ਹੁਣ ਪੁਲਿਸ ਦੀ ਸਪੋਰਟ ਵੀ, ਬਾਕੀ ਕੀ ਕਹਿੰਦੇ ਨੇ ਪਿੰਡ ਦੀ ਸਪੋਰਟ, ਕਹਿੰਦੇ ਹੁੰਦੇ ਨੇ ਮੇਰੀ ਸਪੋਰਟ, ਇੱਥੇ ਨਸ਼ਾ ਬਿਲਕੁਲ ਬੰਦ ਆ। ਜਿਹੜਾ ਇਹ ਇਲਜ਼ਾਮ ਲਾਏ ਬਿਲਕੁਲ ਬੇਮਨਾਹ ਦਾ, ਬਿਲਕੁਲ ਝੂਠੇ ਮੁਨਿਆ ਦਾ, ਕੋਈ ਪੈਸੇ ਨਹੀਂ ਲੈਂਦੇ। ਅੱਜ ਤੋਂ 5 ਸਾਲ ਪਹਿਲਾਂ ਜੀ ਇਹ ਇਹਨਾਂ ਨਾਲ ਲੈਣ ਦੇਣ ਸੈਂਸੀਆਂ ਦਾ, ਇਹਦਾ ਸਰਪੰਚ ਦਾ ਚੱਲਦਾ ਸੀਗਾ ਜੀ, ਹਨਦੀਪ ਸਿੰਘ ਦਾ ਜੀ, ਇਹਦਾ ਸੈਂਸੀਆਂ ਨਾਲ ਲੈਣ ਦੇਣ ਚੱਲਦਾ ਸੀ। ਇਹ ਨਸ਼ਾ ਫੁੱਲ ਬਕਾ ਰਿਹਾ ਸੀ, ਇਹਨਾਂ ਦਾ ਜੀ ਕਮਿਸ਼ਨ ਸੀ, ਇਹਦਾ ਸੈਂਸੀਆਂ ਨਾਲ ਕਰਿਆ ਹੋਇਆ ਜੀ, ਅਤੇ ਇਹਦੀ 5 ਸਾਲ ਸਰਪੰਚੀ 'ਚ ਇਹਨੇ ਫੁੱਲ ਉਰੇ ਨਸ਼ਾ ਬਕਾਇਆ, ਸਾਰਾ ਨਸ਼ਾ ਇਹਨੇ ਵਾੜਤਾ, ਚਿੱਟਾ ਸਮੈਕ ਜੋ ਵੀ ਆ, ਸਾਰਾ ਨਸ਼ਾ ਇਹਦੀ 5 ਸਾਲ ਦੀ ਸਰਪੰਚੀ 'ਚ ਵੜਿਆ। ਚੌਂਕੇ ਨੇ ਪਟਿਆਲੇ 'ਚ ਸਭ ਤੋਂ ਵੱਧ ਮੁਕੱਦਮੇ ਮੇਰੇ ਨੇ ਜੀ, ਜਿੰਨੇ ਚਿੱਟੇ ਦੀ ਬਰਾਮਦਗੀ ਹੋ ਰਹੀ ਜੀ, ਸਭ ਤੋਂ ਵੱਧ ਮੇਰੇ ਮੁਕੱਦਮੇ ਨੇ ਜੀ। ਇਹ ਹੈਗਾ ਪੰਚਾਇਤ ਮੌਜੂਦਾ ਸਰਪੰਚ ਗੁਰਪ੍ਰੀਤ ਆ ਜੀ, ਅਤੇ ਸਾਬਕਾ ਸਰਪੰਚ ਹਨਦੀਪ ਸਿੰਘ ਜੀ ਨੇ ਧਰਨਾ ਲਾਇਆ ਜੀ। ਇਹਨਾਂ ਦੀ ਆਪਸ ਵਿੱਚ ਅਣਬਣ ਚੱਲਦੀ ਹੈ, ਪਹਿਲਾਂ ਵੀ ਇਹ ਬੰਦੇ ਲਿਆ ਸੀ ਗਲਤ ਪੰਚਾਇਤ ਚੋਣਾਂ ਵਕਤ ਜੀ, ਉਦੋਂ ਵੀ ਇਹਨੇ ਇਨਕੁਆਇਰੀ ਲਵਾਈ, ਜਾਣੀ ਇਨਕੁਆਇਰੀ ਦੇ ਵਿੱਚ ਕੁਛ ਨਹੀਂ ਮਿਲਿਆ, ਸਰਪੰਚ ਨੂੰ ਪੂਰਾ ਸਹਿਯੋਗ ਨਹੀਂ ਮਿਲਿਆ ਜਿਹਦੀ ਗੁਰਪ੍ਰੀਤ ਹੈ ਜੀ। ਜਾਣੀ ਉਦੋਂ ਬਾਅਦ ਹੁੰਦਾ ਫਾਉਂਦਾ ਗੱਲ ਆ, ਹੁਣ ਦੁਬਾਰੇ ਨੇ ਉਹ ਕੁੜੀ ਦੇ ਵਿੱਚ ਜਿਹੜੀ ਸਰਪੰਚ ਆ ਮੌਜੂਦਾ ਜੀ, ਉਹਦੇ ਵਿੱਚ ਜਾਣ ਬੁੱਧ ਕੇ ਗੱਡੀ ਮਾਰੀ ਜੀ, ਉਹਦੇ ਮੁਕੱਦਮਾ ਕੀਤਾ, ਅਸੀਂ 150 ਨੰਬਰ ਮੁਕੱਦਮਾ ਦਰਜ ਕੀਤਾ ਜੀ। ਜਾਣਕਾਰੀ ਮੁਤਾਬਿਕ ਜ਼ਿਲ੍ਹੇ ਦੀਆਂ ਕੁੱਲ 24 ਪੁਲਿਸ ਚੌਂਕੀਆਂ ਨੇ ਤੇ ਮਨਜੀਤ ਸਿੰਘ ਪਿਛਲੇ 8 ਮਹੀਨੇ ਤੋਂ ਇਸ ਚੌਂਕੀ 'ਚ ਤੈਨਾਤ ਨੇ ਤੇ ਇਸ ਸਮੇਂ ਦੌਰਾਨ ਨਸ਼ਾ ਬਰਾਮਦਗੀ ਤਹਿਤ ਕੁੱਲ 28 NDPC ਐਕਟ ਤਹਿਤ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ। ਫਿਲਹਾਲ ਇੰਚਾਰਜ ਸਦਰ ਇੰਸਪੈਕਟਰ ਜੈਇੰਦਰ ਸਿੰਘ ਰੰਧਾਵਾ ਦੇ ਜਾਂਚ ਦੇ ਭਰੋਸੇ ਤੋਂ ਬਾਅਦ ਧਰਨਾ ਖਤਮ ਕੀਤਾ ਗਿਆ ਤੇ ਹੁਣ ਤਾਂ ਜਾਂਚ ਤੋਂ ਬਾਅਦ ਹੀ ਸਾਬਿਤ ਹੋ ਸਕਦਾ ਕਿ ਆਖਿਰ ਕਿਹੜਾ ਸਰਪੰਚ ਸਹੀ ਹੈ ਤੇ ਕੌਣ ਝੂਠ ਬੋਲ ਰਿਹਾ। ਨਾਭਾ ਤੋਂ ਹਰਮੀਤ ਮਾਨ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ January 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।